ਮਾਰਥਰ ਹੋਏ ਜੰਗ। ਉਹ ਇੱਕ ਤੁਰਕਾਂ ਦਾ ਅਫਸਰ ਹੋਰ ਅੱਗੇ ਵਧਿਆ, ਉਹ ਕਹਿਣ ਲੱਗਾ ਸਾਡਾ ਯੋਧਾ ਮਾਰ ਕੇ ਕਿੱਥੇ ਚੱਲਿਆ ਤੂੰ, ਪਲਟਸ ਦੇਹੋ ਲੈ ਕੇ ਨਾ ਜਾਏ। ਉਹ ਤੁਰਕ ਬੋਲਿਆ ਕਹਿਣ ਲੱਗਾ ਲੱਖੂ ਬਦਲਾ ਲੈਣਾ ਤੇਰੇ ਕੋਲੋਂ, ਪਲਟਾ ਲੈਣਾ ਮੇਰੀ ਵਾਰੀ ਹੈ, ਕਿੱਥੇ ਚੱਲਿਆ ਹੈ। ਤਬ ਤੀਰ ਪ੍ਰਹਾਰਿਓ ਹੀ ਮਾਹੇ, ਉਸ ਤੁਰਕ ਨੇ ਭਾਈ ਲੱਖੂ ਦੇ ਕਾਲਜੇ ਦਾ ਨਿਸ਼ਾਨਾ ਲੈ ਕੇ ਤੀਰ ਛੱਡਿਆ। ਲਗਵਾਮ ਕੰਧ ਮੈਂ ਦਿਖਤ ਪਾਰ, ਪਰ ਉਹ ਤੀਰ ਭਾਈ ਸਾਹਿਬ ਦੇ ਮੋਢੇ ਖੱਬੇ ਵਿੱਚ ਆ ਵੱਜਾ, ਇਥੋਂ ਲੰਘ ਕੇ ਪਿਛਲੇ ਪਾਸੇ ਤੀਰ ਪਾਰ ਹੋ ਗਿਆ। ਘਾਏ ਖਾਏ ਹੋਇਆ ਕੈ ਸੁਮਾਰ, ਭਾਈ ਲੱਖੂ ਬਹੁਤ ਕਾਰੀ ਜ਼ਖਮ ਖਾ ਕੇ ਜ਼ਖਮੀ ਹੋ ਗਿਆ। ਜਿਸ ਖੜਗ ਨਿਕਾਸਿਓ ਦੋਹਨ ਹਾਥ, ਪਰ ਜਿਵੇਂ ਬੱਬਰ ਸ਼ੇਰ ਜ਼ਖਮੀ ਹੋ ਕੇ ਸਾਧ ਸੰਗਤ ਜੀ ਬੜਾ ਭਿਆਨਕ ਹੋ ਜਾਂਦਾ ਨਾ, ਏਦਾਂ ਭਾਈ ਲੱਖੂ ਹੋਰ ਜ਼ਿਆਦਾ ਖਤਰਨਾਕ ਹੋ ਗਿਆ ਸੱਟ ਖਾ ਕੇ। ਜਬੈ ਬਾਣ ਲੱਗਿਓ ਤਬੈ ਰੋਸ ਜਾਗਿਓ, ਉਹਨੇ ਮਿਆਨ ਚੋਂ ਤਲਵਾਰ ਧੂ ਲਈ। ਪ੍ਰੇਰਿਓ ਤੁਰੰਗ ਬਡਬੇਗ ਸਾਥ, ਆਪਣੇ ਘੋੜੇ ਨੂੰ ਅੱਡੀ ਲਾ ਤੀ, ਬਿਜਲੀ ਦੀ ਤਰ੍ਹਾਂ ਤੇਜ ਕਰਤਾ ਘੋੜਾ। ਤਬ ਕੁਤਬ ਖਾਂ ਰਹਿ ਕੋਸ ਦੂਰ, ਔਰ ਕੁਤਬ ਖਾਂ ਕਾਫੀ ਦੂਰ ਸੀਗਾ, ਕੁਤਬ ਖਾਂ ਦੇ ਕੋਲ ਜਾਣ ਲਈ ਬਿਜਲੀ ਤਰ੍ਹਾਂ ਘੋੜਾ ਤੇਜ ਦੌੜਾਇਆ ਭਾਈ ਲੱਖੂ ਨੇ। ਵਿੱਚ ਪਰਿਓ ਆਏ ਬਟ ਇੱਕ ਸੂਰ, ਪਰ ਲੱਖੂ ਕੁਤਬ ਖਾਂ ਤੱਕ ਅੱਪੜਦਾ ਉਸ ਤੋਂ ਪਹਿਲਾਂ ਉਹ ਤੁਰਕਾਂ ਦੀ ਫੌਜ ਦਾ ਇੱਕ ਹੋਰ ਸਵਾਰ ਵਿਚਕਾਰ ਆ ਗਿਆ ਲੱਖੂ ਨੂੰ ਰੋਕਣ ਵਾਸਤੇ। ਲਈਆ ਰੋਕ ਅਗਰ ਪਾਸ ਮੁਖ ਵੀਰ, ਉਹ ਵੀ ਬੜਾ ਸੂਰਮਾ ਪਠਾਨ ਸੀ ਕੋਈ, ਜਿਹੜਾ ਆਪਣੇ ਜਰਨੈਲ ਕੁਤਬ ਖਾਂ ਦੀ ਜਾਨ ਬਚਾਉਣ ਲਈ ਅੱਗੇ ਵਧਿਆ ਤੇ ਭਾਈ ਲੱਖੂ ਨੂੰ ਰੋਕ ਲਿਆ ਉਸਨੇ। ਮੈਂ ਦਈਓ ਜਾਨ ਤਬ ਕੁਤਬ ਤੀਰ, ਭਾਈ ਲੱਖੂ ਨੂੰ ਕੁਤਬ ਖਾਂ ਦੇ ਕੋਲ ਪਹੁੰਚਣ ਨਹੀਂ ਦਿੱਤਾ ਉਸ ਪਠਾਨ ਨੇ। ਅਤ ਹੁਤੇ ਕ੍ਰੋਧ ਦਾ ਨਹਿ ਸਭੰਗ ਸੰਭਾਰ, ਕਹਿੰਦੇ ਗੁੱਸਾ ਦੋਵਾਂ ਨੂੰ ਬਹੁਤ ਜ਼ਿਆਦਾ ਸੀ ਤੇ ਭਾਈ ਲੱਖੂ ਦਾ ਗੁੱਸਾ ਤਾਂ ਹੁਣ ਸੱਤਵੇਂ ਅਸਮਾਨ ਤੇ ਚੜਿਆ ਹੋਇਆ ਸੀ, ਉਹ ਫਿਰ ਸੰਭਾਲਿਆ ਨਹੀਂ ਗਿਆ ਗੁੱਸਾ। ਸੋ ਖੜਗ ਤਾਂ ਹੈ ਪਰ ਤਮਕ ਝਾਰ, ਉਸੇ ਗੁੱਸੇ ਦੇ ਨਾਲ ਉਹ ਤਲਵਾਰ ਜਿਹੜੀ ਹੈ ਨਾ ਭਾਈ ਲੱਖੂ ਨੇ ਉਸ ਪਠਾਨ ਤੇ ਛੰਡ ਦਿੱਤੀ। ਕਟ ਮੁੰਡ ਗਰੀਬ ਨੇ ਆਏ ਭੂਮ, ਤੇ ਸਾਧ ਸਿੰਘ ਜੀ ਦੁਆਣੇ ਵਰਗਾ ਐਡਾ ਸਿਰ ਵੱਢ ਕੇ ਉਹ ਸੁੱਟਿਆ। ਹੁਣ ਗਿਰਿਓ ਤਰੰਗ ਤੇ ਰੁੰਡ ਝੂਮ, ਉਹਦੀ ਲਾਸ਼ ਜਿਹੜੀ ਝੂਮ ਕੇ ਧਰਤੀ ਤੇ ਡਿੱਗੀ ਹੈ। ਜਹਾਂ ਕੁਤਬ ਤੋਤਤ ਕੋਸਦਾਏ, ਔਰ ਭਾਈ ਲੱਖੂ ਅੱਗੇ ਵਧਿਆ ਕੁਤਬ ਖਾਂ ਵੱਲ ਜਿੱਧਰ ਕੁਤਬ ਖਾਂ ਖੜਾ ਸੀ। ਤਹ ਚਹਤ ਹਤਨ ਭੌਰਨ ਚੜਾਏ, ਬੜੀਆਂ ਅੱਖਾਂ ਜਿਹੜੀਆਂ ਲਾਲੋ ਲਾਲ ਹੋ ਗਈਆਂ ਤੇ ਪ੍ਰਵੱਟੇ ਗੁੱਸੇ ਨਾਲ ਚੜ ਗਏ ਤਣ ਗਏ ਭਾਈ ਲੱਖੂ ਮਾਰਨਾ ਚਾਹੁੰਦਾ ਕੁਤਬ ਖਾਂ ਨੂੰ। ਸਭ ਸਹਿਨ ਬੇਲੋਕਤ ਦੋਏ ਮਾਰ, ਸਾਧ ਸੰਗਤ ਜੀ ਜਦੋਂ ਫੌਜ ਨੇ ਵੇਖਿਆ ਵੀ ਇਹਨੇ ਤੇ ਸਾਡੇ ਦੋ ਵੱਡੇ ਜਰਨੈਲ ਮਾਰ ਦਿੱਤੇ ਆ ਤੇ ਹੁਣ ਕੁਤਬ ਖਾਂ ਨੂੰ ਮਾਰ ਦੇਵੇਗਾ। ਆਵਤ ਸੁਬੇਗ ਕੁਤਬਾ ਨਿਹਾਰ, ਪਰ ਬੜੀ ਤੇਜ਼ੀ ਨਾਲ ਆ ਰਿਹਾ, ਜਿਵੇਂ ਤੀਰ ਛੁੱਟਿਆ ਹੁੰਦਾ ਇਵੇਂ ਇਹਦਾ ਘੋੜਾ ਸੂਟ ਵੱਟ ਕੇ ਆ ਰਿਹਾ ਹੈ। ਜਹ ਖੜਗ ਹਾਥ ਦਾਰਨ ਵਿਸਾਲ, ਪਰ ਹੱਥ ਵਿੱਚ ਬੜੀ ਭਿਆਨਕ ਨੰਗੀ ਤਲਵਾਰ ਲਹੂ ਨਾਲ ਭਿੱਜੀ ਹੈ। ਸਭ ਰਹਿਓ ਭੀਤ ਬਹੁ ਸ਼ੋਣ ਨਾਲ, ਔਰ ਸਾਰਾ ਪਿੰਡਾ ਭਾਈ ਲੱਖੂ ਦਾ ਲਹੂ ਨਾਲ ਲਿਪੜਿਆ ਹੋਇਆ ਹੈ। ਮੋਢੇ ਚੋਂ ਤੀਰ ਦੇ ਨਾਲ ਜਿਹੜਾ ਜ਼ਖਮ ਲੱਗਾ ਹੈ ਬਹੁਤ ਖੂਨ ਵਗ ਵਗ ਕੇ ਕੱਪੜਿਆਂ 'ਤੇ ਆ ਰਿਹਾ, ਪਹਿਲਾਂ ਵੀ ਬੜੀਆਂ ਗੋਲੀਆਂ ਦੇ ਬੜੇ ਤੀਰ ਸਰੀਰ 'ਚ ਵੱਜੇ ਹੋਏ ਨੇ ਅਤੇ ਆਪਣੀ ਤਲਵਾਰ ਦੇ ਨਾਲ ਜਿਨ੍ਹਾਂ ਦੇ ਸਿਰ ਵੱਢੇ ਨੇ ਉਹਨਾਂ ਦੇ ਖੂਨ ਵੀ ਆਪਣੇ ਪਿੰਡੇ 'ਤੇ ਛਿੱਟੇ ਪਏ ਹੋਏ ਨੇ। ਖੂਨ ਨਾਲ ਲਿਪੜਿਆ ਹੋਇਆ ਇਹ ਸੂਰਮਾ ਆ ਰਿਹਾ ਹੈ। ਮੋਢੇ ਖਤੰਗ ਪੀਤਿਓ ਤੇ ਖੰਤ, ਔਰ ਮੋਢੇ 'ਚ ਅੱਧਾ ਤੀਰ ਉਰਲੇ ਪਾਸੇ ਅੱਧਾ ਪਰਲੇ ਪਾਸੇ ਅਜੇ ਓਦਾਂ ਹੀ ਦਿਖਦਾ ਹੈ, ਉਹ ਤੀਰ ਅਜੇ ਨਿਕਲਿਆ ਨਹੀਂ, ਉਹ ਵਿੰਨਿਆ ਹੋਇਆ ਹੈ। ਨਾ ਟਰਤ ਵੀਰ ਸਨਮੁਖ ਅਵੰਤ, ਇਹ ਟਲਦਾ ਨਹੀਂ, ਇਹ ਮਾਰੇਗਾ ਕੁਤਬ ਖਾਂ ਨੂੰ, ਇਹ ਪੂਰੇ ਗੁੱਸੇ ਵਿੱਚ ਹੈ। ਹੁਣ ਐ ਜਬਾਨ ਖਰ ਕੁਤਬ ਖਾਨ, ਤੇ ਕੁਤਬ ਖਾਂ ਨੇ ਵੇਖਿਆ ਵੀ ਇਹ ਤਾਂ ਮੈਨੂੰ ਲੈ ਜਾਏਗਾ ਬੜੀ ਫੁਰਤੀ ਨਾਲ। ਹੁਣ ਕੁਤਬ ਖਾਂ ਵੀ ਕਿਹੜਾ ਘੱਟ ਸੀਗਾ, ਉਹ ਵੀ ਚੋਣਵਾਂ ਯੋਧਾ ਸੀ, ਸੂਰਮਾ ਸੀ, ਜਲੰਧਰ ਦਾ ਸੂਬੇਦਾਰ ਸੀ, ਉਹਨੇ ਬੜਾ ਭਿਆਨਕ ਤੀਰ ਪੱਥੇ ਚੋਂ ਕੱਢਿਆ। ਧਨ ਤਾਨ ਕਾਨ ਲਗ ਹੋਤ ਹਾਨ, ਕੁਤਬ ਖਾਂ ਨੇ ਕੰਨਾਂ ਤਾਈਂ ਖਿੱਚ ਕੇ ਚਲਾਇਆ। ਛੁੱਟ ਲੱਗਿਓ ਜਾਏ ਹੈ ਕੇ ਵਿਸਾਲ, ਔਰ ਕੁਤਬ ਖਾਂ ਦਾ ਤੀਰ ਆ ਕੇ ਭਾਈ ਲੱਖੂ ਦੇ ਘੋੜੇ ਨੂੰ ਵੱਜਾ। ਗਿਰ ਪਰਿਓ ਤਬਹਿ ਨ ਅਗਰ ਚਾਲ, ਭਾਈ ਲੱਖੂ ਦਾ ਘੋੜਾ ਸ਼ਹੀਦੀ ਪਾ ਗਿਆ,
ਘੋੜਾ ਡਿੱਗਾ ਜਦੋਂ ਤੇ ਅੱਗੇ ਚੱਲਣ ਜੋਗਾ ਨਹੀਂ ਰਹਿ ਗਿਆ ਘੋੜਾ। ਲੱਖੂ ਸੁਬੀਰ ਉਤਰੇ ਉਤਰੰਤ, ਭਾਈ ਲੱਖੂ ਮਰਦੇ ਡਿੱਗਦੇ ਘੋੜੇ ਤੋਂ ਛਾਲ ਮਾਰ ਗਿਆ। ਕਹਿ ਰਹੋ ਡਾਂਟ ਤੋਂ ਕੋ ਹਨੰਤ, ਤੇ ਫਿਰ ਗਰਜ ਕੇ ਬੋਲਿਆ ਕਹਿੰਦਾ ਕੁਤਵੇ ਖੜਾ ਰਹੀ ਹੁਣ, ਕਹਿੰਦਾ ਤੈਨੂੰ ਮੈਂ ਮੈਦਾਨੇ ਜੰਗ ਚ ਭੱਜ ਕੇ ਜਾਣ ਨਹੀਂ ਦਿਆਂਗਾ। ਪਗ ਸੰਗ ਬੇਗ ਕਰ ਸਮਖ ਜਾਏ, ਜਿਵੇਂ ਘੋੜਾ ਦੌੜ ਰਿਹਾ ਸੀ ਉਹ ਪੈਦਲ ਉਦਾਂ ਦੌੜਨ ਲੱਗ ਪਿਆ। ਮੈਦਾਨੇ ਜੰਗ ਵਿੱਚ ਇੰਨਾ ਜੋਸ਼ ਸੀ ਭਾਈ ਲੱਖੂ ਦੇ ਅੰਦਰ ਵੀ ਘੋੜਾ ਮਰ ਗਿਆ ਫਿਰ ਵੀ ਹੌਸਲਾ ਬੁਲੰਦ ਆ, ਫਿਰ ਵੀ ਕੁਤਬ ਖਾਂ ਵਾਲੀ ਦੌੜਿਆ ਹੈ। ਹੁਣ ਬ੍ਰਿੰਦ ਤੁਰਕ ਘੇਰੇ ਉਸ ਆਏ, ਪਰ ਪੈਦਲ ਨੂੰ ਸੈਂਕੜੇ ਤੁਰਕਾਂ ਨੇ ਆ ਕੇ ਘੇਰਾ ਪਾ ਲਿਆ। ਕੋ ਹੱਥ ਹੈ ਤੁਪਕ ਕੋ ਬਾਣ ਮਾਰ, ਭਾਈ ਲੱਖੂ ਨੂੰ ਕੋਈ ਗੋਲੀ ਮਾਰਦਾ ਕੋਈ ਤੀਰ ਮਾਰਦਾ। ਸਭ ਦੇ ਬਚਾਏ ਮਾਰੰਤ ਛਾਰ, ਸਾਰਿਆਂ ਦੇ ਨਿਸ਼ਾਨੇ ਤੋਂ ਬਚਦਾ ਛਾਲਾ ਮਾਰਦਾ, ਇਵੇਂ ਜਾ ਰਿਹਾ ਜਿਵੇਂ ਚੀਤਾ ਸ਼ਿਕਾਰ ਤੇ ਜਾਂਦਾ ਹੈ। ਕੇਤਕ ਤਰੰਗ ਕੇ ਬਦਨ ਕਾਟ, ਕਈਆਂ ਘੋੜਿਆਂ ਦੇ ਉਹਨੇ ਮੂੰਹ ਹੀ ਵੱਢ ਸੁੱਟੇ ਤਲਵਾਰ ਦੇ ਨਾਲ। ਜਦੋਂ ਘੋੜੇ ਅੱਗੇ ਆਉਂਦੇ ਨਾ ਤੁਰਕਾਂ ਦੇ ਤੇ ਮਾਰਦਾ ਤਲਵਾਰ ਮਾਰਦਾ ਖੰਡਾ ਨਾਸਾ ਖੰਡ ਘੋੜੇ ਦੀਆਂ ਵੱਢ ਕੇ ਸਿੱਟ ਦਿੰਦਾ ਤੇ ਘੋੜਾ ਆਪੇ ਡਿੱਗ ਪੈਣਾ ਜਿਹਦੇ ਨਾਸਾ ਤੇ ਖੰਡਾ ਵੱਜ ਗਿਆ। ਕਈਆਂ ਦੇ ਘੋੜਿਆਂ ਦੇ ਬੁੱਲ ਵੱਢ ਦਿੱਤੇ, ਕਈਆਂ ਦੇ ਦੁਥਨੇ ਵੱਢ ਦਿੱਤੇ ਤੇ ਕਈਆਂ ਦੇ ਸਿਰ ਲਾ ਦਿੱਤੇ। ਕੁਤਬੇ ਨੂੰ ਮਾਰ ਦਿਆਂ ਵੀਰ ਰੋਕਿਓ ਮਹਾਨ, ਪਰ ਉਹ ਕੱਲਾ ਗੁਰੂ ਕਾ ਸਿੱਖ ਸੈਂਕੜਿਆਂ ਵਿੱਚ ਘਿਰ ਗਿਆ। ਬਚੇ ਆਪ ਖੜਕ ਕੇ ਘਾਏ ਘਾਲ, ਵੈਰੀਆਂ ਦੇ ਵਾਰ ਰੋਕਦਾ ਤੇ ਆਪਣੀ ਤਲਵਾਰ ਨਾਲ ਕਈਆਂ ਨੂੰ ਝਟਕੀ ਜਾਂਦਾ। ਹੱਥ ਕਰੇ ਤੁਰਕ ਕੇਤਕ ਬਿਹਾਲ, ਮਾਰ ਮਾਰ ਕੇ ਤੁਰਕ ਬਿਹਾਲ ਕਰ ਦਿੱਤੇ ਨੇ। ਉਮਰਾਵ ਕਹਿਤੇ ਕਬੀਰ ਇਹ ਹੋ, ਹਾਂ ਉਮਰਾਵ ਕਹਿਣ ਲੱਗੇ, ਅਫਸਰ ਕਹਿਣ ਲੱਗੇ, ਕਹਿੰਦੇ ਇਹ ਕੱਲਾ ਬੰਦਾ ਨੀ ਕਾਬੂ ਆਉਂਦਾ ਤੁਹਾਡੇ, ਕਿਉਂ ਡਰਦ ਜਾਤ ਸੰਘਾਰ ਲੈ ਹੋ, ਕਿਉਂ ਡਰਦੇ ਹੋ, ਇਹਦਾ ਤਾਂ ਘੋੜਾ ਵੀ ਮਰ ਗਿਆ, ਇਹਦੇ ਕੋਲ ਤਾਂ ਹੁਣ ਕੱਲੀ ਤਲਵਾਰ ਹੀ ਰਹਿ ਗਈ ਹੈ, ਇਹਨੂੰ ਹੱਲਾ ਕਰਕੇ ਮਾਰ ਲੋ। ਕਤਬ ਕੁਤਬ ਖਾਨ ਰਸਕਾ ਵਿਸਾਲ, ਕੁਤਬ ਖਾਨ ਨੇ ਗੁੱਸਾ ਖਾ ਕੇ ਪ੍ਰੇਰਿਓ ਤਰੰਗ ਸਰਲੋ ਨਿਕਾਲ, ਆਪਣੇ ਪੱਥੇ ਚੋਂ ਦੂਜਾ ਤੀਰ ਕੱਢਿਆ ਤੇ ਘੋੜਾ ਤਿੱਖਾ ਕੀਤਾ। ਤਕ ਪਾਲ ਭਾਵ ਕੋ ਕਾਲ ਦੀਨ, ਭਾਈ ਲੱਖੂ ਦੇ ਮੱਥੇ ਦਾ ਨਿਸ਼ਾਨਾ ਲਾ ਕੇ ਕੁਤਬ ਖਾਨ ਨੇ ਦੂਜਾ ਤੀਰ ਛੱਡਿਆ। ਵਿਦਗਿਓ ਤੁਰਤ ਛਿਤ ਗਿਰਨ ਕੀਨ, ਔਰ ਸਾਧ ਸੰਗਤ ਜੀ ਕੁਤਬ ਖਾਨ ਦਾ ਤੀਰ ਭਾਈ ਲੱਖੂ ਦੇ ਮੱਥੇ ਜਾ ਵੱਜਾ ਤੇ ਸਾਰ ਪਾਰ ਲੰਘ ਗਿਆ। ਟਿਕ ਟੁਕ ਮਲੇਛ ਮੁਰਛਾ ਨਿਹਾਰ, ਔਰ ਸਾਧ ਸੰਗਤ ਜੀ ਭਾਈ ਲੱਖੂ ਝੂਮ ਕੇ ਧਰਤੀ ਤੇ ਡਿੱਗਾ। ਜਦੋਂ ਭਾਈ ਲੱਖੂ ਬੇਹੋਸ਼ ਹੋ ਗਿਆ, ਸਿਰ ਦਿਓ ਕਾਟ ਅਸ ਕਰ ਪ੍ਰਹਾਰ, ਤੁਰਕਾਂ ਨੇ ਤਲਵਾਰ ਮਾਰ ਕੇ ਭਾਈ ਲੱਖੂ ਦਾ ਸੀਸ ਲਾ ਲਿਆ। ਲੱਖੂ ਸੁਬੀਰ ਇਮ ਮਰਨ ਕੀਨ, ਇਸ ਤਰ੍ਹਾਂ ਛੇਵੇਂ ਪਾਤਸ਼ਾਹ ਦੀ ਫੌਜ ਦਾ ਮਹਾਨ ਯੋਧਾ ਭਾਈ ਲੱਖੂ ਕਰਤਾਰਪੁਰ ਦੀ ਜੰਗ ਚ ਸ਼ਹੀਦੀ ਪਾ ਗਿਆ। ਸਤਿ ਸ੍ਰੀ ਅਕਾਲ।